ਹੁਣ ਸਿੱਧੂ ਬਾਈ ਸੀ ਬਾਈ ਲੋਕ ਰੋਂਦੇ ਨੇ ਅੱਜ ਜੀ ਨੂੰ ਯਾਦਗਾਰ ਕਰਕੇ ਮੈਨੂੰ ਅੱਜ ਵੀ ਜਿਮ ਦੇ ਵਿੱਚ ਉਹਦੇ ਗਾਣੇ ਲਾਏ ਬਿਨਾ ਜਿਮ ਨਹੀਂ ਲੱਗਦਾ ਸਿੱਧੂ ਸਾਡੇ ਨਾਲ ਰਹਿੰਦਾ ਨਹੀਂ ਸੀ ਸਿੱਧੂ ਸਾਡੇ ਨਾਲ ਉੱਡਦਾ ਨਹੀਂ ਸੀ ਕਿ ਚਾਹ ਹੈ ਕਿ ਯਾਰ ਸਾਡਾ ਪੰਜਾਬ ਦਾ ਭਰਾ ਉਹ ਗੋਰੇ ਕਾਲਿਆਂ ਚ ਸੀਗਾ ਯਾਰ ਇਹੀ ਚਾਹ ਹੀ ਨਹੀਂ ਮੁੱਕਦਾ ਯਾਰ ਬਸ ਇੰਨਾ ਕਿ ਚਾਹ ਹੀ ਨਹੀਂ ਮੁੱਕਦਾ ਜਦੋਂ ਵੀ ਨਾ ਗਾਣੇ ਸੁਣੀ ਦੇ ਅੱਜ ਵੀ ਆਪਣੀ ਗੱਡੀਆਂ ਚ ਉਹੀ ਗਾਣੇ ਚੱਲਦੇ ਆ ਕਿਉਂਕਿ ਉਹ ਨਾ ਹਰ ਆਮ ਬੰਦੇ ਦੇ ਨਾਲ ਕਨੈਕਸ਼ਨ ਆ ਉਹ ਗਾਣਿਆਂ ਦਾ ਉਹ ਗਾਣੇ ਕਨੈਕਸ਼ਨ ਆ ਉਹ ਤੁਸੀਂ ਉਹਨੂੰ ਗਾਣੇ ਲੈ ਕੇ ਚੱਲਦੇ ਨੀਗੇ ਸਾਡੀ ਇੱਕ ਘੰਟੇ ਦੀ ਨਾ ਟੌਪ ਦੀ ਸਪੀਚ ਵੀ ਅਸੀਂ ਇੱਕ ਮਿਲੀਅਨ ਤੱਕ ਲੋਕਾਂ ਤੱਕ ਪਹੁੰਚਾਉਣੀ ਹੋਵੇ ਨਾ ਬੜਾ ਔਖਾ ਕੰਮ ਹੈ ਪਰ ਉਹਦਾ ਇੱਕ ਗਾਣਾ 5 ਮਿੰਟ ਦਾ ਨਾ ਉਹ ਪੂਰੀ ਦੁਨੀਆਂ 'ਚ ਆਪਣੀ ਗੱਲ ਰੱਖ ਦਿੰਦਾ ਸੀਗਾ ਕਿ ਪੰਜਾਬ 'ਚ ਇਹ ਗੱਲ ਮੈਂ ਰੱਖਣਾ ਚਾਹੁੰਦਾ ਪਤਾ ਨਹੀਂ ਜਦੋਂ ਸੀ ਉਦੋਂ ਸਮਝ ਨਹੀਂ ਪਾਏ ਹਨਾ ਹੁਣ ਇਹ ਸੱਚਾਈ ਆ ਇਹਦੇ 'ਚ ਕੋਈ ਇਹਦੇ 'ਚ ਉਹ ਨਹੀਂ ਹੈਗਾ ਕਿ ਆਪਾਂ ਕੋਈ ਗੱਲ ਉੱਤੇ ਕਰੀ ਜਾਂਦੇ ਜਦੋਂ ਸੀ ਨਹੀਂ ਨਹੀਂ ਕੀਤੀ ਵੈਲਿਊ ਵੀ ਨਹੀਂ ਕੀਤੀ ਤੇ ਉਹਨੂੰ ਮਨ ਦੀ ਇੱਜ਼ਤ ਵੀ ਨਹੀਂ ਦਿੱਤੀ ਹੁਣ ਸਿੱਧੂ ਬਾਈ ਸੀ ਬਾਈ ਲੋਕ ਰੋਂਦੇ ਨੇ ਅੱਜ ਜੀ ਨੂੰ ਯਾਦਗਾਰ ਕਰਕੇ ਇਹਦਾ ਕਈ ਉਹਨੂੰ ਮਿਲੇ ਵੀ ਨਹੀਂ ਮਿਲੇ ਮੈਨੂੰ ਅੱਜ ਵੀ ਜਿਮ ਦੇ ਵਿੱਚ ਉਹਦੇ ਗਾਣੇ ਲਾਏ ਬਿਨਾ ਜਿਮ ਨਹੀਂ ਲੱਗਦਾ ਜਗ੍ਹਾ ਤੇ ਇੱਕ ਚਾਹ ਹੈ ਨਾ ਬਾਈ ਚਾਹ ਸਿੱਧੂ ਸਾਡੇ ਨਾਲ ਰਹਿੰਦਾ ਨਹੀਂ ਸੀ ਸਿੱਧੂ ਸਾਡੇ ਨਾਲ ਉੱਡਦਾ ਨਹੀਂ ਸੀ ਇੱਕ ਚਾਹ ਹੈ ਕਿ ਯਾਰ ਸਾਡਾ ਪੰਜਾਬ ਦਾ ਭਰਾ ਉਹ ਗੋਰੇ ਕਾਲਿਆਂ ਚ ਸੀਗਾ ਯਾਰ ਇਹੀ ਚਾਹ ਹੀ ਨਹੀਂ ਮੁੱਕਦਾ ਯਾਰ ਬਸ ਇੰਨਾ ਕਿ ਚਾਹ ਹੀ ਨਹੀਂ ਮੁੱਕਦਾ ਨਹੀਂ ਉਹ ਜਦੋਂ ਵੀ ਗਾਣੇ ਮੈਂ ਘੱਟ ਗੱਲ ਕਰਦਾ ਪਰ ਜਦੋਂ ਵੀ ਨਾ ਗਾਣੇ ਸੁਣੀ ਦੇ ਅੱਜ ਵੀ ਆਪਣੀ ਗੱਡੀਆਂ ਚ ਉਹੀ ਗਾਣੇ ਚੱਲਦੇ ਆ ਕਿਉਂਕਿ ਉਹ ਨਾ ਹਰ ਆਮ ਬੰਦੇ ਦੇ ਨਾਲ ਕਨੈਕਸ਼ਨ ਆ ਉਹ ਗਾਣਿਆਂ ਦਾ ਉਹ ਗਾਣੇ ਕਨੈਕਸ਼ਨ ਆ ਉਹ ਤੁਸੀਂ ਉਹਨੂੰ ਗਾਣੇ ਲੈ ਕੇ ਚੱਲਦੇ ਨੀਗੇ ਜਦੋਂ ਹੀ ਤੁਸੀਂ ਡਾਊਨ ਫੀਲ ਕਰਦੇ ਆ ਜ਼ਿੰਦਗੀ ਚ ਜਦੋਂ ਹੀ ਕਰਦੇ ਆ ਤੁਸੀਂ ਕੋਈ ਵੀ ਗਾਣਾ ਲਾ ਲਓ ਤੁਹਾਨੂੰ ਐ ਸੋ ਇਹ ਇੱਕ ਬਲੈਸਿੰਗ ਹੀ ਆ ਸੋ ਉਹ ਬਲੈਸਿੰਗ ਹੀ ਸੀਗਾ ਵੀਰਾ ਤੇ ਬਾਈ ਬਲੈਸਿੰਗ ਹੀ ਚੱਲਦਾ ਆਪਦੇ ਵਿੱਚ ਤੁਸੀਂ ਇਹ ਦੇਖੋ ਕਿ ਚਲੋ ਇਹ ਗੱਲ ਕਾਫੀ ਡੀਪ ਹੈ ਬਾਈ ਹਨਾ ਕੁਝ ਲੋਕ ਨਹੀਂ ਸਮਝ ਪਾਉਂਦੇ ਪਰ ਇਹ ਗੱਲ ਮੈਂ ਦਿਲੋਂ ਕਹਿਣਾ ਚਾਹੁੰਦਾ ਸਾਡੀ ਇੱਕ ਘੰਟੇ ਦੀ ਨਾ ਟੌਪ ਦੀ ਸਪੀਚ ਵੀ ਅਸੀਂ 1 ਮਿਲੀਅਨ ਤੱਕ ਲੋਕਾਂ ਤੱਕ ਪਹੁੰਚਾਉਣੀ ਹੋਵੇ ਨਾ ਬੜਾ ਔਖਾ ਕੰਮ ਹੈ ਪਰ ਉਹਦਾ ਇੱਕ ਗਾਣਾ 5 ਮਿੰਟ ਦਾ ਨਾ ਉਹ ਪੂਰੀ ਦੁਨੀਆਂ 'ਚ ਆਪਣੀ ਗੱਲ ਰੱਖ ਦਿੰਦਾ ਸੀਗਾ ਕਿ ਪੰਜਾਬ 'ਚ ਇਹ ਗੱਲ ਮੈਂ ਰੱਖਣਾ ਚਾਹੁੰਦਾ ਇਸ ਗੱਲ ਨੂੰ ਹਜੇ ਵੀ ਲੋਕ ਫੜ ਨਹੀਂ ਪਾ ਰਹੇ ਉਹ ਸਿਰਫ ਸਿੰਗਰ ਹੀ ਸਮਝਦੇ ਸੀ ਸਿੱਧੂ ਨੂੰ ਪਰ ਤੁਸੀਂ ਸੋਚੋ ਕਿ ਜਿਹੜੀ ਸਾਡੀ ਪੰਜਾਬ ਦੀ ਕੋਈ ਦਿੱਕਤ ਹੈ ਜਿੱਦਾਂ ਹੁਣ ਬਾਈ ਸੀ ਸੋਸ਼ਲ ਸਰਵਿਸ 'ਚ ਆ ਮੈਡੀਕਲ ਹੈ ਹੈਲਥ ਡਿਪਾਰਟਮੈਂਟ ਹੈ ਜਾਂ ਐਜੂਕੇਸ਼ਨ ਡਿਪਾਰਟਮੈਂਟ ਉਹ ਗਾਣੇ 'ਚ ਉਹਦੇ 1 ਲਾਈਨ ਪਾਈ ਨਾ ਪੂਰੇ ਦੁਨੀਆਂ 'ਚ ਪੂਰੇ ਪੰਜਾਬ ਨੀ ਪੂਰਾ ਲੁਧਿਆਣਾ ਨੀ ਪੂਰਾ ਇੰਡੀਆ ਨੀ ਪੂਰੇ ਦੁਨੀਆਂ 'ਚ ਮੁੱਦਾ ਛੇੜ ਦਿੰਦੀ ਸੀ ਮੁੱਦਾ ਚੱਲਿਆ ਇਹ ਬਹੁਤ ਵੱਡੀ ਗੱਲ ਹੈ ਪਰਮਾਤਮਾ ਦੀ ਕਿਰਪਾ ਸੀ ਵੀਰੇ ਉਹ ਤਾਂ ਬਲੈਸਿੰਗ ਸੀ ਉਹ ਪਤਾ ਨੀ ਜਦੋਂ ਸੀ ਉਦੋਂ ਸਮਝ ਨੀ ਪਾਏ ਹਨਾ ਹਾਂ ਸੋ ਹੁਣ ਇਹ ਸੱਚਾਈ ਆ ਇਹਦੇ 'ਚ ਕੋਈ ਇਹਦੇ 'ਚ ਉਹ ਨੀ ਹੈਗਾ ਕਿ ਆਪਾਂ ਕੋਈ ਗੱਲ ਉੱਤੇ ਕਰੀ ਜਾਂਦੇ ਜਦੋਂ ਸੀ ਨਹੀਂ ਨਹੀਂ ਕੀਤੀ ਵੈਲਿਊ ਵੀ ਨੀ ਕੀਤੀ ਤੇ ਉਹਨੂੰ ਮਨ ਦੀ ਇੱਜ਼ਤ ਵੀ ਨੀ ਦਿੱਤੀ ਇਸ ਚੀਜ਼ 'ਚ ਕੋਈ ਬੰਦਾ ਆ ਕੇ ਕਹਿ ਦੇ ਕਿ ਨਹੀਂ ਨਹੀਂ ਬਾਈ ਉਹ ਜਿਹੜੀ ਉਸ ਵੀਰ ਦੀ ਉਸ ਟਾਈਮ ਤੇ ਇੱਜ਼ਤ ਸੀ ਜੋ ਉਹਨਾਂ ਨੂੰ ਉਸ ਟਾਈਮ ਤੇ ਰੁਤਬਾ ਉਹਨਾਂ ਨੂੰ ਜਿਹੜੀ ਰਿਸਪੈਕਟ ਪੰਜਾਬ ਵੱਲੋਂ ਮਿਲਣੀ ਚਾਹੀਦੀ ਸੀ ਬਿਲਕੁਲ ਚਲੋ ਬੜਾ ਕੁਛ ਹੈ ਬਾਈ ਪਰ